ਆਪਣਾ ਪਿੰਡ ਜਿੱਥੇ ਰਹਿੰਦੇ ਆ ਉੱਥੇ ਠੀਕ ਹੈ ਜਾਂ ਇੱਥੇ ਠੀਕ ਹੈ? ਇੱਥੇ ਉੱਥੇ ਵੀ ਠੀਕ ਆ, ਇੱਥੇ ਵੀ ਠੀਕ ਆ। ਐਪਲ ਤੋੜ ਕੇ ਪਤਾ ਨਹੀਂ ਕਹਿ ਚਾ, ਚਲੋ ਇਹਨੂੰ ਚੀਰ ਕੇ ਦੇਖਦੇ ਹਾਂ। ਔਰਗੈਨਿਕ ਐਪਲ ਧੁੰਦ ਦੇ ਨਾਲ ਤੋਂ ਖਰਾਬ ਜਿਹੇ ਹੋ ਗਏ ਠੰਡ ਨਾਲ, ਪਰ ਟੇਸਟ ਬਹੁਤ ਵਧੀਆ। ਉਹ ਗਿਆ। ਹਾਂਜੀ, ਕਿਵੇਂ ਹੋ ਜੀ ਸਾਰੇ? ਲਓ ਜੀ, ਅੱਜ ਆਪਾਂ ਚੱਲੇ ਹਾਂ ਇੱਥੇ ਲੋਕਲ ਹੀ ਘੁੰਮਣ। ਵੈਸੇ ਪਤਾ ਨਹੀਂ ਕਿੱਥੇ ਚੱਲੇ ਹਾਂ, ਦੇਖਦੇ ਹਾਂ ਨੇੜੇ ਤੇੜੇ ਕੋਈ ਜਾ ਕੇ ਜਗ੍ਹਾ। ਕਿਵੇਂ ਹੋ? ਠੀਕ ਆ। ਕਿੱਥੇ ਚੱਲੇ ਆਪਾਂ? ਖਾਣ ਪੀਣ। ਖਾਣ ਪੀਣ ਹੌਲੀ ਉਤਰਿਓ। ਇਹ ਤਾਂ ਕਹਿੰਦਾ ਸੀ ਮੋਟੀ ਜੈਕਟ ਪਾਉਣੀ ਆ। ਹੈ? ਇਹ ਤਾਂ ਕਹਿੰਦਾ ਸੀ ਮੋਟੀ ਜੈਕਟ ਪਾਉਣੀ ਆ। ਮੈਂ ਭੁੱਲ ਗਏ ਕਿ ਕਿੜੀਆਂ ਤੇਰੇ ਹੱਥ ਲੜੀ ਜਾਂਦੀਆਂ। ਚਲੋ 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 ਚਲੋ, ਹੈਗੀ ਆ ਮੰਮਾ ਕੋਲੇ। ਕਿਤੇ ਸਟੈਪ ਵੱਡੇ ਬਣਾ ਤੇ, ਕਿਤੇ ਸਟੈਪ ਛੋਟੇ ਬਣਾ ਤੇ, ਵੀ ਤੁਹਾਨੂੰ ਪਤਾ ਨਹੀਂ ਇੱਥੇ ਬੱਚਿਆਂ ਨੇ ਲੰਘਣਾ? ਛੋਟੀਆਂ ਵੱਡੀਆਂ ਬਾਹਤੀਆਂ। ਮਸਾ ਉਤਰੇ ਆ ਅਸੀਂ। ਹੈਂ, ਗੱਡੀ ਦੀ ਚਾਬੀ ਹਾਂ ਹੈਗੀ ਆ। ਚਲੋ ਹੌਲੀ ਚੱਲਿਓ, ਹੌਲੀ ਹੌਲੀ ਹੌਲੀ। ਤੇਰੀ ਗੱਡੀ ਦੀ ਚਾਬੀ ਤਾਂ ਲੱਗੀ ਹੋਈ ਰਹਿੰਦੀ ਆ, ਸਟਾਰਟ ਹੀ ਰਹਿੰਦੀ ਆ ਉਹ। ਚੱਲ ਓਕੇ, ਅਸੀਂ ਹੈਗੇ ਹਾਂ ਤਾਂਦੀ ਅਤੇ ਹੁਣ ਅਸੀਂ ਚੱਲੇ ਹਾਂ ਉੱਪਰ ਬਾਹੂ। ਇੱਥੇ ਕੋਈ ਪਿੰਡ ਦਾ ਨਾਮ ਬਾਹੂ, ਉਹਦੇ ਨੇੜੇ ਤੇੜੇ ਸੁਣਿਆ ਕਹਿੰਦੇ ਕੋਈ ਲੋਕੇਸ਼ਨ ਹੈਗੀ ਆ। ਲੋਕੇਸ਼ਨ ਤਾਂ ਇੱਥੇ ਆਹੀ ਹੁੰਦੀ ਆ ਜਿਵੇਂ ਸਾਰਾ ਕੁਛ। ਚਲੋ ਚਲੋ, ਇੱਦਾਂ ਦਾ ਹੀ ਸਾਰਾ, ਇੱਦਾਂ ਦਾ ਹੀ ਵਿਊ ਆ। ਬਸ ਆਏ ਹਾਂ ਵੀ ਕਿਤੇ ਕਿਤੇ ਦਰਖਤ 'ਚ ਜ਼ਿਆਦਾ ਸੋਹਣੇ ਹੋ ਜਾਂਦੇ ਆ, ਕਿਤੇ ਕਿਤੇ ਨੋਰਮਲ ਜਿਹੇ ਆ, ਅਤੇ ਜਿੱਥੇ ਕੱਪਾਂ ਨੂੰ ਸੋਹਣੀ ਜਿਹੀ ਲੋਕੇਸ਼ਨ ਲੱਗੀ ਉੱਥੇ ਕੱਪਾਂ ਖੜ ਬੈਠ ਜਾਣਾ। ਅੱਜ ਫ੍ਰੀ ਹਾਂ ਇੱਥੇ ਹੀ ਹਾਂ। ਚਲੋ ਚਲੋ ਚਲੋ, ਆ ਜਾਓ। ਖਾ ਕੇ ਮੈਗੀ ਤੇ ਫਿਰ ਇੱਥੋਂ ਚੱਲਦੇ ਆ ਉੱਪਰ ਨੂੰ। ਮੈਗੀ ਖਾ ਕੇ ਫਿਰ ਲੱਗ ਕੇ ਫਿਰ ਨਿਕਲਦੇ। You want to leave this place where we grew up, this old town, just put it all behind. Remember you and I would always find somewhere to hide when we were kids, so we could see and hear the water run. The river's gonna cry when you're gone. ਲਓ ਜੀ, ਸਾਨੂੰ ਇੱਕ ਮਿਲੀ ਛੋਟੀ ਜਿਹੀ ਲੋਕੇਸ਼ਨ। ਲੋਕੇਸ਼ਨ ਤਾਂ ਸਾਰੀ ਲੋਕੇਸ਼ਨ ਹੀ ਆ ਇਹ, ਥੋੜ੍ਹਾ ਜਿਹਾ ਸੋਹਣਾ ਇੱਕ ਵਿਊ। ਹਾਂਜੀ ਹਾਂਜੀ, hey, I was hoping you would stay, but I
your soul. Feel the wind, watch the river run. And the sun would always shine when we sat there, you and I. The river's gonna cry when you're gone, 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 gone. The river's gonna cry when you're gone, gone. ਚਲੀਏ ਜੀ ਡੈਡੀ ਹਾਂਜੀ ਆਹ ਕੀ ਕੰਮ ਲਾ ਇਹ ਪੁੱਤ ਸੀੜੀ ਵਾਲਾ ਪਸੀੜੀ ਨਹੀਂ ਪਾਉਣੀ ਲਓ ਜੀ ਛੋਟਾ ਜਿਹਾ ਵਾਟਰਫਾਲ ਦੇਖਣ ਤੋਂ ਬਾਅਦ ਅਤੇ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਅੱਗੇ ਹੋਰ ਦੇਖਦੇ ਹਾਂ ਕੁਛ ਜਿੱਥੇ ਵੀ ਕੁਛ ਵਧੀਆ ਜਿਹਾ ਹੋਇਆ ਦੇਖਣ ਵਾਲਾ ਉੱਥੇ ਆਪਾਂ ਰੁਕ ਜਾਣਾ ਦਾ ਅੱਜ ਕੋਈ ਦਿਨ ਆ ਇੱਥੇ ਉਹ ਕੋਈ ਹੈਗਾ ਦੇਵਤਾ ਜਿਵੇਂ ਕਹਿੰਦੇ ਵੀ ਦੇਵਤਾ ਆਉਂਦਾ ਦੇਵਤਾ ਆਤੇ ਹੈ ਅੱਜ ਕਿਤੇ ਨੇ ਇੱਦਾਂ ਇਹ ਦੱਸ ਰਿਹਾ ਇੱਥੇ ਆਪਾਂ ਤਾਂ ਵੈਸੇ ਇੱਥੇ ਆਏ ਸੀਗੇ ਦੇਖਣ ਅਤੇ ਕੁਦਰਤੀ ਉਹ ਐਟ ਏ ਟਾਈਮ ਸੇਮ ਹੀ ਸੇਮ ਟਾਈਮ 'ਤੇ ਉਹ ਆ ਗਏ ਉੱਧਰੋਂ ਤਾਂ ਉੱਤਰ ਕੇ ਥੋੜ੍ਹੇ ਸ਼ੋਟ ਲਏ ਨੇ ਇਹ ਲੈ ਕੇ ਹੁਣ ਉੱਧਰ ਗਏ ਨੇ ਛੋਟੀ ਜਿਹੀ ਝੀਲ ਆ ਇੱਕ ਉੱਥੇ ਲੈ ਕੇ ਗਏ ਨੇ ਉੱਥੇ ਹੁਣ ਉਹ ਪੂਜਾ ਕਰਨਗੇ ਆਪਦਾ ਜਿਵੇਂ ਵੀ ਆ ਇਹ ਬਾਹੂ ਮੇਨ ਬਾਹੂ ਦਾ ਮੇਨ ਚੌਂਕ ਆ ਇਹ ਇੱਥੋਂ ਆਪਾਂ ਆਏ ਸੀਗੇ ਇੱਧਰੋਂ ਥੱਲਿਓ ਕਿ ਇੱਧਰ ਆ ਪਤਾ ਨਹੀਂ ਕੀ ਇਹਦੇ ਸ਼ਹਿਰ ਦਾ ਨਾਂ ਗਾਡਗੂਸ਼ੈਨੀ ਇੱਧਰ ਚਲਾ ਜਾਂਦਾ ਉੱਪਰ ਅੱਗੇ ਅਤੇ ਇੱਧਰ ਚਲਾ ਜਾਂਦਾ ਉਹ ਜਿਹੜੀ ਝੀਲ ਆ ਜਿੱਥੇ ਹੁਣ ਉਹ ਗਏ ਨੇ ਪੂਜਾ ਕਰਨ ਅਤੇ ਆਪਾਂ ਇੱਥੇ ਹੈਗੇ ਹਾਂ ਜੀ ਮੇਨ ਚੌਂਕ 'ਚ ਇੱਧਰ ਨੀਚੇ ਥੱਲੇ ਚਲਾ ਜਾਂਦਾ ਜਿੱਬੀ ਇੱਧਰ ਆਪਾਂ ਆਏ ਹਾਂ ਤਾਂਦੀ ਓਕੇ ਜੀ ਚਲੀਏ ਫਿਰ ਆਪਾਂ ਹਾਂਜੀ ਗਾਈਸ ਲਓ ਜੀ ਥੋੜ੍ਹੇ ਜਿਹੇ ਸ਼ੋਟ ਲਏ ਨੇ ਆਪਾਂ ਇੱਥੇ ਘਰਾਂ ਦੇ ਅਤੇ ਨੇਚਰ ਦੇ ਜਿੱਦਾਂ ਤੁਸੀਂ ਦੇਖੇ ਨੇ ਅਤੇ ਉਹ ਸ਼ੋਟ ਹਾਂਜੀ ਹੌਲੀ 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 ਆਇਓ ਬਸ ਹੁਣ ਆਪਾਂ ਚੱਲਦੇ ਹਾਂ ਹੋਟਲ 'ਚ ਰੂਮ 'ਚ ਜਿੱਥੇ ਆਪਾਂ ਰੁਕੇ ਸੀਗੇ ਹੈਲੋ ਜੀ ਆਜੋ ਜੀ ਆਜੋ ਜੀ ਲਓ ਜੀ ਹਰਬਾਜ ਸਿੰਘ ਜੀ ਵੀ ਆ ਗਏ ਨੇ ਆਪਾਂ ਨੂੰ ਦੇਖ ਕੇ ਹੈਨਾ ਜੀ ਬਿਸਕੁਟ ਖਾਈ ਜਾਂਦੇ ਇਕੱਲੇ ਇਕੱਲੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਰਸਤਾ ਜੇ ਕੋਈ ਵਧੀਆ ਲੋਕੇਸ਼ਨ ਹੋਈ ਤਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਚਲੀਏ ਹੈ ਚਲੋ ਭੱਜੋ ਫਿਰ ਚਲੋ ਵਧਰੋ 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 ਵਧਰੋ